सो है गाइस की हाल चाल सब दे फुल सारे क्या आठ होंगे जस करन राय रोब सिंगल इज कंपोजन जस करन बाय ओनली म्यूजिक एंड मिक्स मास्टर बियर्डेड बैंडिट्स एंड वीडियो सरप्रीत मान जंदा दर मीडिया आय हाय हाय क्या बात है डिजिटल पार्टनर कॉइन डिजिटल लेट्स स्टार्ट वांटेड म्यूजिक प्रेजेंट्स अच्छा ढोल ढोल दी नहीं मैं जमा भाई सची दसा तुम फोर बाय फोर ओ बैंडिट्स ढोल सिरे लगे एक तो रॉ ढोल आ उस तो बाद जी हैवी बीट वजी ना नाल किक लाइक गॉड एट वेट ब्रो लाइट फोर्स पजारो अच्छा शकीन है चोबर पूरे यार ढोल वाले गाने पीछे तुम सैचुरेटेड बेस ला रहे हो लाइक बेसलाइन लो वाली उस तो बाद एक लो दे थले आती है खरजी करती होंगी वो ला रखी है क्या बात है यार नवे नवे एक्सपेरीमेंट जो होंगे ना बीटा वाली चीज़ कहन लगती है आए अच्छा ਮਫਲ ਪੁਆਏ ਵੇਖ ਕੰਨ ਕਿਵੇਂ ਪਾੜਦੇ ਮਫਲ ਕੀ ਹੁੰਦਾ ਗਾਈਸ ਲਾਈਕ ਐਗਜ਼ੌਸਟ ਨੂੰ ਵੀ ਕਹਿ ਸਕਦੇ ਆਂ ਪੰਡਿਆ ਜਗਾੜ ਤੇ ਮਫਲ ਪੁਆਏ ਦੇਖ ਕੰਨ ਕਿਵੇਂ ਪਾੜਦੇ ਟੈਲੈਂਟ ਭਰੋਸਾ ਨਾ ਡਪੰਡਿਆ ਜਗਾੜ ਤੇ ਮਫਲ ਪੁਆਏ ਦੇਖ ਕੰਨ ਕਿਵੇਂ ਪਾੜਦੇ रोब मारदे शरीर छे फुट दानी बैरी फिरे लुक दानी बड़े वैली गोडे टेक दे ओ किथे दस साडे मेच दे भाई दी वोकल बहुत घैंट आ भाई बहुत खिच के गा रहा बड़े तरीके नाल गा रहा सुर बड़े प्यारे ने भाई दे ते वोकल्स नाइस मतलब बंदे ने जेड़ा बंदा ढोल ते इन्ना गल के गाउंदा ओ तो पता लग जांदा कि लाइक ही नोज़ हाउ टू सिंग अच्छा फोर बम्प्स अच्छा गलबात चीज अजकल हटती नहीं पंजाबी गाने चो कितना कितना यार ये वीडियो थोड़ी जी कैनेडा ते थोड़ी जी इंडिया मिक्स जी शूट हुई है ना एलगोजे किन्ने सोहने चल रहे हैं ना पिछे पूरी टोन च सॉरी मैं बार बार रोक रहा बट है गलबात बार बार रोकने वाली आए ओ गेट डालर एन मैं
ਕਹਿੰਦਾ ਥਾਰ ਕੈਨੇਡਾ ਨਹੀਂ ਜਾਂਦੀ, ਨਹੀਂ ਤਾਂ ਉੱਥੇ ਵੀ ਬੜਾ ਗਾਹ ਪਾਉਣ। ਹਾਏ ਓਏ, ਆਹ ਤਾਂ ਸਰਾਲਾ ਤੀ ਯਾਰ। ਮਤਲਬ ਮੈਨੂੰ ਨਾ ਐਕਸਪੈਕਟੇਸ਼ਨ ਸੀਗੀ ਕਿ ਲਾਈਕ ਹਿਪ ਹੋਪ ਟਰੈਕ ਹੋਊਗਾ, ਥੋੜ੍ਹਾ ਗੈਂਗਸਟਾ ਵੀ ਜਾ, ਬਟ ਇੱਕ ਅਲੱਗ ਚੀਜ਼ ਨਿਕਲ ਆਈ ਯਾਰ, ਤਾਂ ਢੋਲ ਹੈ। ਹਾਂ, ਇੱਕ ਜਵਾਨੀ ਦੀ ਗੱਲ ਕੀਤੀ ਗਈ ਹੈ, ਇੱਕ ਐਸੀ ਗੱਲ, ਮਤਲਬ ਜਿਹੜੀ ਗੱਲ ਹੁੰਦੀ ਨਾ ਕਿ ਇੱਕ ਬੰਦੇ ਨੂੰ 20 ਤੋਂ ਲੈ 18 ਤੋਂ ਲੈ ਕੇ ਅਤੇ 28-30 ਦੇ ਵਿੱਚ ਵਿੱਚ ਜਿਹੜੀ ਐਵਰੇਜ ਰਹਿੰਦੀ ਹੈ ਬੰਦੇ ਨੂੰ ਜਵਾਨੀ ਦੀ, ਚੜ੍ਹਦੀ ਐਨ ਪੂਰੀ ਘੈਂਟ ਗੱਬਰ ਸਿੰਘ ਵਾਲੀ, ਠੀਕ ਆ। ਉਹ ਚੀਜ਼ ਮਤਲਬ ਬੜੀ ਅੱਬੀ ਟਰੈਕ ਲੱਗਿਆ। ਮਤਲਬ ਕੁਛ ਹੁੰਦਾ ਨਾ ਕਈ ਵਾਰੀ ਗਾਣੇ 'ਚ ਕਿ ਹਾਂ ਯਾਰ, ਕੋਈ ਗੀਤ ਐਸੇ ਹੁੰਦੇ ਨੇ ਜਿਹੜੇ ਮਤਲਬ ਤੁਸੀਂ ਇੱਕ ਵਾਰ ਸੁਣਦੇ ਤੁਹਾਨੂੰ ਕਿਤੇ ਨਾ ਕਿਤੇ ਟੱਚ ਕਰ ਜਾਂਦੇ ਆ। ਹੁਣ ਮੈਂ ਤਾਂ ਯਾਰ ਇਸ ਗਾਣੇ ਦੇ ਬੀਟ ਅਤੇ ਬਾਈ ਦੀ ਵੋਕਲ ਪਿੱਛੇ ਹੀ ਇਹ ਗੀਤ ਨੂੰ ਸੁਣੂੰਗਾ ਜ਼ਰੂਰ, ਅਤੇ ਬਾਕੀ ਮੇਰੀ ਪਲੇਲਿਸਟ ਵਿੱਚ ਐਡ ਵੀ ਹੋਊਗਾ। ਸਪੋਟੀਫਾਈ 'ਤੇ ਚੈੱਕ ਕਰੋ ਜਾ ਕੇ, ਐਪਲ ਮਿਊਜ਼ਿਕ ਚੈੱਕ ਕਰੋ, ਠੀਕ ਆ। ਐਪਲ ਮਿਊਜ਼ਿਕ ਦੇ ਯਾਰ ਜਿਹੜੇ ਸੁਣਦੇ ਉਹਨਾਂ ਨੂੰ ਪਤਾ ਕਿ ਲਾਈਕ ਲੋਸਲੈਸ ਕੁਆਲਿਟੀ ਹੁੰਦੀ ਆ, ਬੜੀ ਘੈਂਟ ਚੀਜ਼ ਹੁੰਦੀ ਆ। ਅਤੇ ਜ਼ਰੂਰ ਚੈੱਕ ਕਰੋ ਜਾ ਕੇ ਬਾਈ ਦਾ ਗਾਣਾ ਵੀ, ਠੀਕ ਆ, ਲਿੰਕ ਡਿਸਕ੍ਰਿਪਸ਼ਨ ਵਿੱਚ ਹੋਊਗਾ। ਅਤੇ ਬੜੀ ਸੋਹਣੀ ਵੀਡੀਓ ਬਣਾਈ ਆ, ਥੋੜ੍ਹੇ ਡਾਰਕ ਜਿਹੇ ਕਲਰਸ ਨੇ, ਕੋਲਡ ਵਾਈਬ ਹੈਗੀ ਆ ਐਕਚੁਅਲੀ, ਤੁਸੀਂ ਦੇਖ ਸਕਦੇ ਹੋ। ਵਾਈਟਸ ਵੀ ਹਲਕੇ ਹਲਕੇ ਬਲੂ ਸ਼ੇਡ ਮਾਰ ਰਹੇ ਨੇ, ਠੀਕ ਆ, ਬਟ ਸਕਿਨ ਟੋਨਸ ਠੀਕ ਨੇ। ਅਤੇ ਵਿੱਚ ਵਿੱਚ ਹਲਕਾ ਹਲਕਾ ਮੋਸ਼ਨ ਬਲਰ ਸੀਗਾ। ਸਟੋਰੀ ਇੱਦਾਂ ਸਟੋਰੀ ਨਹੀਂ ਸੀਗੀ ਕੋਈ, ਮੋਸਟਲੀ ਸਿੰਗਵੇ ਸੀਗਾ ਸਟੋਰੀ, ਜਸਟ ਮਾੜਾ ਮੋਟਾ ਜਿਵੇਂ ਆਪਾਂ ਕਹਿੰਦੇ ਨਾ ਘੁੰਮਦੇ ਫਿਰਦੇ ਦਿਖਾਤਾ ਉਹਨਾਂ ਨੇ ਕਿ ਇੱਦਾਂ ਕਰ ਰਿਹਾ ਆ ਕਰ ਰਿਹਾ, ਜੋ ਦਿਨ ਦੀ ਰੂਟੀਨ ਹੁੰਦੀ ਹੈ ਉੱਦਾਂ ਦਾ ਕੁਛ। ਅਤੇ ਆਈ ਹੋਪ ਤੁਹਾਨੂੰ ਸਭ ਨੂੰ ਘੈਂਟ ਲੱਗਿਆ ਉਹ ਗਾਣਾ। ਸਤਿ ਸ਼੍ਰੀ ਅਕਾਲ।